ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿੱਥੇ ਅਕਾਲੀ ਦਲ ਨੂੰ ਝਟਕਾ ਲੱਗਾ ਉੱਥੇ ਹੀ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੇ ਕਾਂਗਰਸ ਦਾ ਪੱਲਾ ਫੜਿਆ, ਜਿਸ ਤੋਂ ਬਾਅਦ ਨਵਜੋਤ ਕੌਰ ਸਿੱਧੂ ਨੇ ਸਿੱਧੂ ਮੂਸੇਵਾਲਾ ਨੂੰ ਵਧਾਈ ਦਿੰਦੇ ਕਿਹਾ ਕਿ ਪੰਜਾਬ ਨੂੰ ਨੌਜਵਾਨਾਂ ਦੀ ਲੋੜ ਹੈ ਜੋ ਪੰਜਾਬ ਦੇ ਹੱਕ 'ਚ ਗੱਲ ਕਰਨ ਅਤੇ ਨੌਜਵਾਨਾਂ ਦੀਆਂ ਮੁਸ਼ਕਲਾਂ ਹੱਲ ਕਰਨ। ਉੱਥੇ ਹੀ ਮੈਡਮ ਸਿੱਧੂ ਨੇ ਭਾਜਪਾ ਆਗੂ ਤਰਨ ਚੁੱਗ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਨਿਸ਼ਾਨੇ ਸਾਧੇ ਤੇ ਕਿਹਾ ਕਿ ਇਹ ਲੋਕ ਸਿਰਫ ਕੁਰਸੀ ਪਿੱਛੇ ਲੱਗੇ ਹਨ ਤੇ ਲੋਕਾਂ ਦੇ ਪੈਸੇ ਤੇ ਕੰਮ ਕਰ ਰਹੇ ਨੇ। ਇਸ ਦੌਰਾਨ ਨਵਜੋਤ ਕੌਰ ਸਿੱਧੂ ਨੇ ਕਈ ਨਿਸ਼ਾਨੇ ਸਾਧੇ, ਤੁਸੀਂ ਵੀ ਸੁਣੋ। ਦੇਖੋ, ਜਿਹੜਾ ਬੰਦਾ ਵੀ ਕੋਈ ਸੈਲੀਬ੍ਰਿਟੀ ਹੈ, ਜਿਹੜਾ ਵੀ ਕੋਈ ਚੰਗਾ ਕਿਸਾਨਾਂ ਦੇ ਟਾਈਮ 'ਚ ਉਹਨਾਂ ਨੇ ਬਹੁਤ ਸਾਰੇ ਯੂਥ ਦੇ ਨਾਲ ਕਨੈਕਟ ਕੀਤਾ ਅਤੇ ਲੋਕ ਕਨੈਕਟ ਕਰਦੇ ਹੈ, ਬਸ ਪਲੱਸ ਪੰਜਾਬ ਲਈ ਉਹ ਚੰਗੇ ਖਿਆਲ ਰੱਖਦਾ। ਮੈਨੂੰ ਇਹ ਨਹੀਂ ਹੁੰਦਾ ਸੈਲੀਬ੍ਰਿਟੀ ਕੋਈ ਕਿਤੇ ਹੋਰੋਂ ਦੂਰੋਂ ਲੈ ਕੇ ਵੀ ਆ ਜਾਓ ਕਰ ਲਓ, ਜਿਹਨੂੰ ਕੋਈ ਪੰਜਾਬ ਨਾਲ ਮਤਲਬ ਹੀ ਨਹੀਂ ਹੈ। ਜਿਹਨਾਂ ਨੂੰ ਪੰਜਾਬ ਨਾਲ ਮਤਲਬ ਹੈ, ਪੰਜਾਬ ਨਾਲ ਪਿਆਰ ਹੈ, ਉਹਨਾਂ 'ਚੋਂ ਜਿਹੜੇ ਬੰਦੇ ਆਉਣ ਜੁਆਇਨ ਕਰਨ ਨੂੰ, ਬਹੁਤ ਵਧੀਆ ਗੱਲ ਹੈ ਕਿ ਪੰਜਾਬ ਲਈ ਕੁਛ ਭਲਾ ਕਰਨ। ਜੇ ਕੁਰਸੀ ਭਾਲਣੀ ਹੁੰਦੀ ਸਾਨੂੰ ਯੂਨੀਅਨ ਮਿਨਿਸਟਰ ਦੀ, ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਹੀ ਹਾਂ, ਸਾਨੂੰ 10-12 ਸਾਲ ਪਹਿਲਾਂ ਯੂਨੀਅਨ ਮਿਨਿਸਟਰ ਦੀ ਕੁਰਸੀ ਮਿਲ ਰਹੀ ਸੀ ਜਦੋਂ ਜੇਟਲੀ ਸਾਹਿਬ ਉਰੋਂ ਲੜਨ ਆਏ ਸੀ। ਉਹਨਾਂ ਨੂੰ ਘਰੇ ਬੈਠਣ ਦੀ ਲੋੜ ਨਹੀਂ ਸੀਗੀ। ਮੈਂਬਰ ਪਾਰਲੀਮੈਂਟ ਜਦੋਂ ਕਹਿ ਰਹੇ ਸੀ ਦਿੱਲੀ ਤੋਂ ਲੜ ਲੈ, ਕੁਰੂਕਸ਼ੇਤਰ ਤੋਂ ਲੜ ਲੈ, ਯੂਨੀਅਨ ਮਿਨਿਸਟਰ ਬਣ ਜਾ ਸਪੋਰਟਸ ਦਾ, ਉਹ ਕਹਿੰਦੇ ਮੈਂ ਪੰਜਾਬ ਨਹੀਂ ਛੱਡਣਾ, ਜੇ ਪੰਜਾਬ ਨਹੀਂ ਛੱਡਣਾ ਤਾਂ ਪੰਜਾਬ ਦੀ ਸੇਵਾ ਕਰਨੀ ਹੈ, ਤਾਂ ਹੀ ਇੱਥੇ ਬੈਠੇ ਇੰਨੀ ਦੇਰ ਦੇ। ਅਤੇ ਉਹ ਕਦੇ ਕਿਤੇ ਕੁਰਸੀਆਂ ਪਿੱਛੇ ਭੱਜਦੇ ਹੁੰਦੇ ਤਾਂ ਅੱਜ ਯੂਨੀਅਨ ਮਿਨਿਸਟਰ ਹੁੰਦੇ, ਇੱਥੇ ਕੀ ਕਰਨਾ ਸੀ? 25 ਕਰੋੜ ਦੀ ਕਮਾਈ ਛੱਡ ਕੇ ਬੰਦਾ 80,000 ਦੀ ਤਨਖਾਹ ਲੈ ਰਿਹਾ, ਉਹਨੂੰ ਕੀ ਹੈ ਸ਼ੌਕ? ਉਹਨੂੰ ਸਿਰ ਇਹ ਸ਼ੌਕ ਹੈ ਕਿ ਚੁੱਗ ਸਾਹਿਬ ਇਹੋ ਜਿਹੇ ਹੈ ਕਿ ਜੇਟਲੀ ਸਰ ਦੀ ਜਦੋਂ ਇਲੈਕਸ਼ਨ ਹੋਈ ਸੀ ਉਦੋਂ ਪਤਾ ਨਹੀਂ ਉਹ ਕਿੰਨਾ ਪੈਸਾ ਐਂਬੂਲੈਂਸਿਸ ਲੈ ਕੇ ਆਏ ਸੀ, ਉਹ ਟੈਚੀ ਗਾਇਬ ਕਰਕੇ ਲੈ ਗਏ ਸੀ 3 ਕਰੋੜ ਦਾ, ਸਭ ਨੂੰ ਪਤਾ। ਫਿਰ ਉਸ 'ਚ ਉਹਨਾਂ ਨੇ ਨਵੀਂ ਗੱਡੀ ਖਰੀਦੀ ਸੀ, ਮਤਲਬ ਇੰਨਾ ਬੁਰਾ ਹਾਲ ਸੀ ਉਹਨਾਂ ਦਾ। ਤਾਂ ਸਾਡੇ ਵਰਗੇ ਲੋਕ ਸਾਰਾ ਕੁਛ ਛੱਡ ਛਡਾ ਕੇ ਆਏ ਹਾਂ ਸੇਵਾ ਕਰਨ, ਖੁੱਲੇ ਖੁੱਲੇ ਫਿਰਦੇ ਹਾਂ ਅਸੀਂ, ਕੰਮ ਕਰਦੇ ਹਾਂ। ਇੱਥੇ 0% ਕੰਮ ਹੋਇਆ ਹੋਇਆ ਸੀ, ਈਸਟ ਇਲਾਕਾ ਕਿਸੇ ਨੇ ਨਹੀਂ ਸਿਲਤਾ ਕਦੇ, ਇਹ ਇਲਾਕਾ ਮੈਂ ਸਾਂਭਿਆ ਸੀ। ਸਾਨੂੰ ਇੰਨੇ ਪੈਸੇ ਨਹੀਂ ਮਿਲਦੇ ਉੱਤੋਂ, ਜਿੰਨਾ ਮਰਜ਼ੀ ਲੜ ਲਈਏ। ਵੀ ਹਰ ਬੰਦੇ ਦਾ ਜੀ ਕਰਦਾ ਮੈਨੂੰ ਵੀ ਮੈਨੂੰ ਜ਼ਿਆਦਾ ਪੈਸਾ ਮਿਲੇ, ਮੈਂ ਸਾਰਾ ਕੰਮ ਸ਼ੁਰੂ ਕਰਾ ਦਾਂ। ਸਾਨੂੰ ਜਿੰਨਾ ਪੈਸਾ ਮਿਲਦਾ ਉਹ ਤਾਂ ਅਸੀਂ ਉਹਦੇ ਹਿਸਾਬ ਨਾਲ ਥੋੜ੍ਹਾ ਕਰਕੇ ਕੰਮ ਸਾਨੂੰ ਕਰਾਉਣਾ ਪੈਂਦਾ, ਪਰ ਅਸੀਂ ਇਹ ਹੈ ਵੀ ਪੂਰਾ ਪੈਸਾ ਲਾਉਂਦੇ ਹਾਂ ਨੀਚੇ ਜ਼ਮੀਨ 'ਤੇ, ਸਾਰੇ ਲੋਕਾਂ ਨੂੰ ਇਨਵੋਲਵ ਕਰਕੇ ਲਾਉਂਦੇ ਹਾਂ। ਇਸ ਲਈ ਅਸੀਂ